ਆ ਬਾਈ ਨੇ ਸਾਡੇ ਨਾਲ ਅੱਜ ਨਾਮ ਕੀ ਹੈ ਆਪਕਾ ਨਾਮ ਹੈ ਬਾਈ ਦਾ ਤੇਰੇ ਮੈਂ ਹੁਣ ਸਮਝ ਗਿਆ ਦੱਸ ਕਿਉਂ ਸੰਗ ਰਿਹਾ ਹੈ ਇਹ ਨਵਾਂ ਵਿਆਹ ਹੈ ਇੱਧਰ ਇਹ ਰਿਵਰਸ ਨਹੀਂ ਲਾਇਆ ਹੋਇਆ ਮੈਂ ਆਪ ਉੱਤਰ ਰਿਹਾ ਥੱਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਨਵੇਂ ਬਲੌਗ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਖੜੇ ਹਾਂ ਜੀ ਮੇਘਾਲਿਆ ਦੇ ਵਿੱਚ ਸਾਡਾ ਚੌਥਾ ਦਿਨ ਆ ਇਹ ਤੇ ਰੰਗ ਰੰਗ ਕਰਕੇ ਕੋਈ ਜਗ੍ਹਾ ਦਾ ਨਾਮ ਆਇਆ ਅਸੀਂ ਵਾਰੀ ਵਾਰੀ ਨਾ ਭੁੱਲ ਜਾਂਦੇ ਹਾਂ ਬਾਹਲੇ ਟੇਢੇ ਨਾਮ ਨੇ ਤੇ ਰੰਗ ਰੰਗ ਕਰਕੇ ਜਗ੍ਹਾ ਦਾ ਨਾਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਵਾਰੀ ਸ਼ੋਰਾ ਦੀਆਂ ਕੇਵਸ ਤੇ ਉਹਨਾਂ ਦੇ ਵਿੱਚ ਵੋਟਿੰਗ ਕਰਾਂਗੇ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਫੇਮਸ ਪਲੇਸ ਆ ਜੀ ਇਹ ਪਹਿਲਾਂ ਤੁਹਾਨੂੰ ਕੇਵਸ ਦਿਖਾਵਾਂਗੇ ਫਿਰ ਇੱਥੇ ਬਾਰੇ ਇਨਫੋਰਮੇਸ਼ਨ ਦਵਾਂਗੇ ਨਾਲ ਨਾਲ ਰਾਹ ਵੀ ਦਿਖਾਵਾਂਗੇ ਕਿੱਥੋਂ ਕਿੰਨੇ ਕਿਲੋਮੀਟਰ ਪੈਂਦਾ ਤੇ ਕਿੰਨੀ ਕੁ ਆਫ ਰੋਡਿੰਗ ਆ ਕਿੰਨਾ ਤੁਹਾਨੂੰ ਟਰੈਕ ਕਰਕੇ ਜਾਣਾ ਪੈਂਦਾ ਸਾਰਾ ਏ ਟੂ ਜ਼ੈਡ ਤੇ ਕਿੰਨਾ ਕਿਰਾਇਆ ਭਾੜਾ ਲੱਗਦਾ ਇੱਥੇ ਕਿਉਂਕਿ ਬਹੁਤ ਅਨਐਕਸਪਲੋਰਡ ਜਗ੍ਹਾ ਇਹ ਬਹੁਤ ਘੱਟ ਲੋਕਾਂ ਨੇ ਦਿਖਾਈ ਆ ਤੇ ਇੱਥੇ ਰੇਟ ਬਹੁਤ ਹਾਈ ਹੈ ਚੀਜ਼ ਦਾ ਹੌਲੀ ਹੌਲੀ ਫੇਮਸ ਹੋਊਗੀ ਸਾਰਾ ਕੁਝ ਰੇਟ ਤੜਾ ਕੇ ਅਸੀਂ ਕਿੰਨਾ ਬਣਾਇਆ ਸਾਰਾ ਤੁਹਾਨੂੰ ਦਿਖਾ ਦਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਇਹ ਜੀ ਆਫ ਰੋਡਿੰਗ ਆ ਤੁਸੀਂ ਸਾਡੇ 100 ਸੀਸੀ ਮੋਟਰਸਾਈਕਲ ਤਾਂ ਹੀ ਨਹੀਂ ਚੜ ਰਹੇ ਉਹਨੇ ਪਿੱਛੇ ਨਾ ਮੋਟਰਸਾਈਕਲ ਦੇ ਬੋਟ ਬੰਨੀ ਹੋਈ ਆ ਤੇ ਉਹ ਬੋਟ ਨੂੰ ਗਾਹਾਂ ਉੱਥੇ ਜਾ ਕੇ ਹਵਾ ਦੇ ਵਿੱਚ ਇਹਨੂੰ ਫਲਾਉਣਗੇ ਫਿਰ ਜਾ ਕੇ ਚੱਲੂਗੀ ਉਹ ਪਿੱਛੇ ਬੋਟ ਬੰਨੀ ਹੋਈ ਆ ਤੇ ਮੋਟਰਸਾਈਕਲ ਤਾਂ ਨਹੀਂ ਚੜ ਰਿਹਾ ਉਹ ਬਾਈ ਮੇਰੇ ਮਗਰ ਬੈਠਾ ਸੀ ਉਹਨੂੰ ਮੈਂ ਉੱਥੇ ਲਾ ਕੇ ਤੇ ਮੋਟਰਸਾਈਕਲ ਚਲਾ ਕੇ ਇੱਥੇ ਤੱਕ ਲਾਇਆ ਬੜਾ ਆਫ ਰੋਡਿੰਗ ਆ ਯਾਰ ਆਲੇ ਦੁਆਲੇ ਤੁਸੀਂ ਇੱਕ ਵਾਰੀ ਵਿਊ ਚੈੱਕ ਕਰ ਲਓ ਬਹੁਤ ਸੋਹਣਾ ਮਾਹੌਲ ਆ ਤੇ ਇਹ ਜਿਹੜੀ ਆਫ ਰੋਡਿੰਗ ਆ ਟੋਟਲ 9 ਕਿਲੋਮੀਟਰ ਦੀ ਆ ਦੇਖ ਲਓ ਯਾਰ ਇੰਨਾ ਸੋਹਣਾ ਰਾਹ ਬਣਿਆ ਹੋਇਆ ਤੇ ਅਸੀਂ ਕਿਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਦੇ ਵਾਰੀ ਸ਼ੋਰਾ ਘੁੰਮਣ ਆਉਣੇ ਹੋ ਨਾ ਤਾਂ ਇੱਥੇ ਮੀਂਹ ਨਾ ਪੈਂਦਾ ਹੋਵੇ ਸ਼੍ਰੀ ਰਣਜੀਤ ਆਰ ਮਾਰਕ ਕੋਈ ਬੰਦਾ ਹੁਣ ਇਹਨਾਂ ਦਾ ਰਿਕ ਮੈਂਗਰੀ ਵਿਲੇਜ ਰਿਕ ਮੈਂਗਰੀ ਇੱਥੇ ਨਵਾਂ ਪਿੰਡ ਆ ਗਿਆ ਯਾਰ ਹੁਣ ਸਾਊਥ ਗਾਰੋ ਹਿਲਸ ਮੇਘਾਲਿਆ ਇਹ ਗਾਰੋ ਦੀਆਂ ਪਹਾੜੀਆਂ ਨੇ ਜਿਹੜੀਆਂ ਗਾਰੋ ਦੀਆਂ ਪਹਾੜੀਆਂ ਨੇ ਉਹਨਾਂ ਦੇ ਵਿੱਚ ਗਾਰੋ ਬੋਲੀ ਜਾਂਦੀ ਆ ਖਾਸੀ ਹਿਲਸ ਨੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਇਹ ਮੇਘਾਲਿਆ ਚਲੋ ਤੁਹਾਨੂੰ ਅੱਗੇ ਆਪਾਂ ਦੱਸਾਂਗੇ ਫਿਲਹਾਲ ਤੁਹਾਨੂੰ ਆਪਾਂ ਸਿਰਫ ਵਾਰੀ ਸ਼ੋਰਾ ਕੇਵਸ ਦੀ ਗੱਲ ਕਰੀਏ ਤੇ ਉੱਥੇ ਬਾਈ ਹੋਰੇ ਬੈਠੇ ਨੇ 7-8 ਤੇ ਮੈਨੂੰ ਲੱਗਦਾ ਉਹਨਾਂ ਕੋਲ ਕੋਈ ਪਰਚੀ ਪੁਰਚੀ ਲੱਗੂਗੀ ਜਿਹੜੀ ਆਹ ਚੀਜ਼ ਪਈ ਆ ਇਹ ਆ ਬੋਟ ਇਹਨੂੰ ਹਵਾ ਹੂਆ ਭਰ ਕੇ ਫਲਾਉਣਗੇ ਤੇ ਇਹ ਬੋਟ ਨੂੰ ਆਹ ਬਾਈ ਲੈ ਕੇ ਚੜੂਗਾ ਤਾਂ ਤੇ ਅਸੀਂ ਇਹਦੇ ਮਗਰ ਮਗਰ ਜਾਵਾਂਗੇ ਇਹ ਬਾਈ ਜਿਹੜਾ ਸਾਹਮਣੇ ਸਾਡੇ ਨਾਲ ਚੱਲਿਆ ਇਹ ਚਲਾਊਗਾ ਬੋਟ ਤੇ ਨਾਮ ਕਿਆ ਹੈ ਸਰ ਆਪਕਾ ਨਾਮ ਹੈ ਹੈ ਇਹਦਾ ਮੈਂ ਕਰਦਾ ਗੱਲਬਾਤ ਉਹ ਰਿਹਾ ਮੇਰੇ ਨਾਲ ਪਹਿਲਾਂ ਇਹ ਰਾਓ ਨਾਮ ਕਿਆ ਹੈ ਆਪਕਾ ਨਾਮ ਹੈ ਬਾਈ ਦਾ ਬਹੁਤ ਸੋਹਣਾ ਸਾਨੂੰ ਨਾਮ ਲੱਗਿਆ ਬਾਈ ਨਾ ਇਹ ਪੰਜਾਬੀ ਹਿੰਦੀ ਅੰਗਰੇਜ਼ੀ ਨੋ ਹਿੰਦੀ ਇੰਗਲਿਸ਼ ਨੋ ਹੈ ਨਾ ਓਨਲੀ ਗਾਰੋ ਨਾਮ ਕਿਆ ਨਾਮ ਬਤਾਓ ਤੂੰ ਸਹੀ ਹੈ ਕੰਪਨੀ 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 ਹੈ ਮੈਨੂੰ ਲੱਗਦਾ ਪਤਾ ਕਿਉਂ ਸੰਗ ਰਿਹਾ ਮੈਂ ਹੁਣ ਸਮਝ ਗਿਆ ਦੱਸ ਕਿਉਂ ਸੰਗ ਰਿਹਾ ਇਹ ਨਵਾਂ ਵਿਆਹ ਹੈ ਇੱਧਰ ਅੱਛਾ ਸਮਝ ਗਿਆ ਇੱਥੇ ਜਿਵੇਂ ਦੂਜਾ ਰਿਵਾਜ ਆ ਨਾ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਵੀ ਕੁੜੀ ਲਿਆ ਕੇ ਵਿਆਹ ਕੇ ਲੈ ਕੇ ਆਉਂਦੀ ਆ ਮੁੰਡੇ ਨੂੰ ਇਹ ਮੈਨੂੰ ਲੱਗਦਾ ਵਿਆਹ ਕੇ ਲਿਆਂਦਾ ਹੋਇਆ ਇੱਧਰ ਤਾਂ ਸੰਗ ਰਿਹਾ ਇਹ ਕੌਂਪਲੇ ਐਂ ਜੇ ਕਰਕੇ ਬਾਈ ਦਾ ਕੋਈ ਨਾਂ ਸੀ ਤੇ ਆਹ ਦੇਖ ਲਓ ਤੁਸੀਂ ਜਗ੍ਹਾ ਆਹ ਦਰਖਤ ਇਹਨਾਂ ਦੇ ਆਪਦੇ ਵੱਡੇ ਹੋਏ ਨੇ ਬਹੁਤ ਦੂਰ ਤੱਕ ਯਾਰ ਮਤਲਬ ਇੱਥੇ ਵੀ ਜਿੱਥੇ ਨੇੜੇ ਤੇੜੇ ਕੋਈ ਜਗ੍ਹਾ ਹੀ ਨਹੀਂ ਹੈਗੀ ਇੱਥੇ ਵੀ ਲੋਕ ਬੈਠੇ ਨੇ ਇੱਥੇ ਵੀ ਉਹਨਾਂ ਦੇ ਘਰ ਨੇ ਬਾਕੀ ਆਹ ਜਿਹੜਾ ਮੌਸਮ ਐਵੇਂ ਛਾਂ ਜੀ ਹੋ ਗਈ ਨਾ ਇਹ ਬੱਦਲ ਨੇ ਤੇ ਟਰੈਕਿੰਗ ਤੁਹਾਨੂੰ ਐਵੇਂ ਦੀ ਕਰਨੀ ਪੈਂਦੀ ਹੈ ਤੁਹਾਡੇ ਬੂਟ ਜਿਹੜੇ ਹੈਗੇ ਨੇ ਉਹ ਵਧੀਆ ਗ੍ਰਿਪ ਵਾਲੇ ਹੋਣੇ ਚਾਹੀਦੇ ਨੇ ਤੇ ਜੇ ਮੀਂਹ ਪਿਆ ਹੋਇਆ ਤਾਂ ਤੁਹਾਨੂੰ ਬਹੁਤ ਧਿਆਨ ਨਾਲ ਇੱਥੇ ਆਉਣਾ ਪਊਗਾ ਕਿ ਸਾਨੂੰ ਫੜ ਕੇ ਨਹੀਂ ਲੈ ਕੇ ਜਾਂਦਾ ਯਾਰ ਕੋਈ ਮੀਂਹ ਵਾਲਾ ਤਾਂ ਤੁਸੀਂ ਮੌਸਮ ਚੈੱਕ ਕਰਕੇ ਆਇਓ ਬਾਕੀ ਇੱਥੇ ਆ ਹੀ ਜਾਇਓ ਪਤਾ ਚੱਕਰ ਕੀ ਆ ਹੋਮ ਸਟੇ ਸਸਤਾ ਵੀ ਆ ਬਾਹਲਾ ਕੋਈ ਮਹਿੰਗਾ ਨਹੀਂ ਹੈਗਾ ਕਿਉਂਕਿ ਇੱਥੇ ਮੇਘਾਲਿਆ ਦੇ ਵਿੱਚ ਤੁਸੀਂ ਚੈੱਕ ਕਰੋਗੇ ਤੁਹਾਨੂੰ 12 ਮਹੀਨੇ 30 ਦਿਨ ਨੇ ਮੀਂਹ ਦਿਖਾਈ ਹੋਈ ਜਾਣਾ ਪਰ ਇੱਥੋਂ ਦੇ ਲੋਕਾਂ ਨੂੰ ਵੱਧ ਪਤਾ ਹੁੰਦਾ ਮੀਂਹ ਪਊਗਾ ਕਿ ਨਹੀਂ ਪਊਗਾ 30-40% ਨੂੰ ਤਾਂ ਇਹ ਗੌਲਦੀ ਨਹੀਂ ਹੈਗੇ ਮੀਂਹ ਨੂੰ ਇਹ ਤਾਂ 200% ਵਾਲੇ ਨੇ ਕਿਉਂਕਿ ਇੱਧਰ ਮੀਂਹ ਜ਼ਿਆਦਾ ਪੈਂਦੇ ਨੇ 30-40% ਨੂੰ ਤਾਂ ਕਹਿੰਦੇ ਨੇ ਕੋਈ ਬਾਰਿਸ਼ ਨਹੀਂ ਹੈ ਲੇਕਿਨ ਨਾ ਬੰਦਾ ਆਇਆ ਹੋਇਆ ਸੀ ਇੱਥੇ ਕਲਕੱਤਾ ਤੋਂ ਉਹ ਇਹੀ ਆਫ ਰੋਡਿੰਗ ਕਰਕੇ ਗਿਆ ਆਹ ਆਫ ਰੋਡਿੰਗ ਜਿੱਥੇ ਆਪਾਂ ਤੁਰ ਕੇ ਟਰੈਕ ਕਰ ਰਹੇ ਹਾਂ ਤੇ ਉਹ ਵਿਚਾਰਾ 3 ਵਾਰੀ ਡਿੱਗ ਪਿਆ ਉਹਨੇ ਸਾਨੂੰ ਡਰਾ ਵੀ ਦਿੱਤਾ ਹੈ ਬੂਟ ਪਲੇਨ ਸੀ ਉਹਦੇ ਜਮਾਂ ਥੱਲੋਂ ਉਹਨੇ ਸਾਨੂੰ ਡਰਾ ਵੀ ਦਿੱਤਾ ਕਹਿੰਦਾ ਯਾਰ ਤੁਸੀਂ ਪਤਾ ਨਹੀਂ ਕਿਵੇਂ ਕਰੋਗੇ ਕਹਿੰਦਾ ਬਹੁਤ ਔਖਾ ਜੇ ਤੁਸੀਂ ਫਿਜ਼ੀਕਲੀ ਫਿੱਟ ਹੋ ਤਾਂ ਕਰ ਸਕਦੇ ਹੋ ਪਰ ਇਹ ਟਰੈਕ ਕੋਈ ਐਡੀ ਗੱਲਬਾਤ ਨਹੀਂ ਹੈਗੀ ਟਰੈਕ ਤਾਂ ਅਸਲੀ ਯਾਦ ਆਉਂਦਾ ਜਦੋਂ ਹੇਮਕੁੰਡ ਸਾਹਿਬ ਦਾ ਕੀਤਾ ਸੀ ਹੇਮਕੁੰਡ ਸਾਹਿਬ ਮੱਥਾ ਟੇਕਣ ਗਏ ਸੀ ਉਹ ਵੀ ਆਪਾਂ ਇਸ ਸਾਲ ਦੁਬਾਰੇ ਚੱਲਾਂਗੇ ਪਿੱਛੇ ਸਾਰੀ ਫੌਜ ਆ ਰਹੀ ਆ ਪਲਟਣ ਆਉਂਦੇ ਨੇ ਚੋਬਰ ਪਿੱਛੇ ਮੌਸਮ ਪੂਰਾ ਘੈਂਟ ਹੋਇਆ ਪਿਆ ਕਿਉਂਕਿ ਆਲੇ ਦੁਆਲੇ ਨਾ ਉਹ ਵੀ ਇੱਥੇ
अपने की कहते दरख्त दरुख्त लगे हुए ने उदे करके नेरा जा रहा ता ही जिम्मे थोनू असी दस्या कि यह थान के उत्ते सूरज भी लेट चढ़ता ए ला लो चढ़ता पहले ही आता टाइम सिर आह थाम बाली घिरी हुई आले दुआले दरख्तों के नाल होर ता करके ना फिर इतने 11 बजे के नेड़े तेड़े सूरज की लौट लाइट पैंती है सूरज की फिर जाके सू जी केव्स ने देखने का नज़ारा आऊगा। आ जी आ बई दे मोढ़ के उत्ते 35 किलो वजना एक आ बई आ एक सुखी आ एक पिछे वह आ चार पाँच जने आप हेल्प करे ये पर लैंगुएज बैरीयर ज्यादा होने करके ना आप को ज़्यादा इनफोरमेसन कट्ठी नहीं कर सकते जे एक इनफोरमेसन कट्ठी करने की कोशिश करते हैं फिर इन्हों समझ नहीं आता मतलब भी आप पूछिए इन्होंने को वारी शोरा केव्स कितने से पहला किमें तुम फाइंड की है ना तो किन्ने के लोग आ जाते हैं ये बस हूँ हाँ ही करते हैं बइया आँदी नहीं हैगी लैंगुएज तो ऊँ असल के भी बस गारो ही बोलते हैं गारो असी कितने लिखी भी नहीं देखी हुई इंटरनेशनल लैंगुएज जी चलती है इंग्लिश वो बेस से माड़ा मोटा यह काम चला लेंगे ने आ झले ने बई मूहरे मूहरे तो जिमें फिल्मा च नहीं देखते होंगे डोंकी लवाते होंगे ने भाषा उन्होंने भी नहीं समझ आती बस एक इशारे समझ आते हैं अगला कहता रुक जाओ तो रुक जाते हैं सारे थानू ए लगी जाता जिम्मे डोंकी लवाते होंगे ने उही बंदे ने उमें जी भाषा समझ भी नहीं आ रही ये तो डोंकी बंगलादेश फिर आ देख लो इन्ना खतरनाक रहा यार भी जे थोड़ा पैर तिलक गया थोड़ा सारा ट्रिप बिच रह जूगा आ देख लो बस मीह वाले दिनों के आए यार ये सारी मिट्टी आ है ना पूरी स्लिपरी हो जाती है मीह च तो ना आओ बाई हो रहे भी पर सानू वेट कर करके लेके जा रहे हैं असी आराम नाल हौली हौली जा रहे हैं सानू दिखाने के चक्कर असी मुड़ के 10 दिन वीडियो अपलोड करिए जगह देख लो यार आ हुण इत्थे ने टैंपरेरी पौड़ी बनाई हुई है लक्कड़ की इहदे उत्ते जाना पैना ये तो अं उतरी जाते हैं आपां तां पुठे उतरांगे जे आपदा काम पुठा कर सकते हैं कुड़ी मुंडा पुठे पासे ब्याह सकते हैं आप पुठे भी उतर सकते हूँ मैं बैठ बैठ के जा रहा देख लो थोनू भी वीडियो दिखाने वास्ते करना पैंदा है नहीं असी तो पूरे आपकी चीज़ का ध्यान रखते हैं भाई डिग ना जाइए या होर सानू ऐ भी साढ़े घर बैठे दर्शक ने वह नज़ारा लै लवान अरे पिछेड़ी मैं पौड़ी उतर गया वह उत्थे तक आओ सुखी खड़ा है डीकी आंदा भी जे सही सलामत पहुँच गया तो पहुँच जाएंगे ये भी मेहनत आ जाए इन्हों की बइया की बई बना रहा हूँ वीडियो बई को फड़ा देना कैमरा ऐं तो बई समझ लेंगे इशारे नाल रिवर्स नहीं लाया हुआ मैं आप उतर रहा थले मैं कहना थोड़ा जी अभी कला राह दिखाईए यार राह की पूरी वीडियो निकल जाए पर असं थोड़ा सारा नाल दिखावे इन्ना औखा राह चढ़ के आए हैं अभी थैंक यू वीरे इतने तक रोड पौड़ी सीधी आ गाह फिर रेडी हो गई लड़न लग जाए कई बार बूटा पौधा यह जहाँ चकलों च उतर जाऊ जे भी वाहगुरु करना सौखा होगा इतनी चल भाई वो आ जा जी टोटल ट्रैकिंग करके किलोमीटर की 7-8 किलोमीटर का आप ऑफ रोडिंग करके इतने पहुँच गए थक हार के तो हूँ थोनू आप दिखावे असली नज़ारा आ पिछे बाई हो रहे बोट भर रहे ने वीडियो नाल जुड़े रहे हूँ बैक कैमरा चलने वाला गलबात होगी पूरी बाई हो रहे जी बोट लैके आए थी ना आई बोट आई पहला पहुँच गया जिदे मोढ़ा ते सी उन्हें की किया हवा भर के इनू फैलाता आल चप्पू ने आ कवर हो गए मतलब लाइव जैकेट होनी तो मक्खियां बहुत फिरते हैं इतने दूजिया डूमना तो सूँ पंप दिखाव बई हो रहे किमें हवा भर रहे ने आखो ए बोट के हवा भर के फिर कि थान के उत्ते लैके जाएंगे सोनू इस रिवर के ठीक है उधरले पासे देख लो राफ्टिंग तुम बहुत की होनी ऋषिकेश वाली पर यह राफ्टिंग नहीं किसी ने की होनी यार गलबात पानी का ना तुम बेस देखो पानी साफ कि इतने एशिया की सब तो क्लीनैसट रिवर भी सब तो साफ नदी भी मेघालय के पर तू इत ना यह जी जगह चीज़ आ ये मनी वैसे ये चीज़ा करके गई आ वाटरफॉल करके मेघालय तो तुम पानी का फ्लो देखो तो पानी साफ कि यार देखो उत्थे तक भी देखो सू थले भी वह फर्श दिख रहा चला पैर तो क्या चकते फटे इतना
लो जी फिलहाल असी मैं मूहे बह गया, सुखी बचाले बह गया, ड्राइवर साडा बह गया पिछे बोट दे जमा एंड ते। हुण अपनी जर्नी स्टार्ट हो गई ते हुण सानू आपां व्यू दिखाउण लग्गे आं भाई, घैंट घैंट यार। पिछले पासे दा व्यू चेक करो यार। ओए होए 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 जिहड़ा सानू आपां व्यू दिखाउण लगे ना हुण तुसीं चेक करो। ओए भाई ओए ओ देखो बिच उसके नीचे से तो नहीं जाएंगे। अच्छा ओए होए 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 देखो बचाले फसी खड़ी है किश्ती। इस टाइम कितना सोहना व्यू बनता होना, हजे मीहां दा टाइम नहीं हुआ, मीहां दे विच इत्थे की गलबात हुंदी होनी, पूरा नज़ारे वाला माहौल बनाया पिया यार। ये चीज़ नूं देखने वास्ते असीं घट्टो घट्ट 3 दिन लाए ने, इत्थे आप नूं शांति मिलती है। ते इह जगह नूं जे तुसीं देखण आउणा तां 10-11 बजे इत्थे सूरज चढ़दा, उदों तुसीं देखण आओ मीह दे टाइम दे विच इत्थे पूरा नेरा हुंदा यार। आ भाई ने साडे नाल अज बहुत जी लगे यार, इत्थे बोलन नूं कुछ नहीं हैगा, बस इत्थे तुसीं आओ बह के आनंद माण के जाओ। क्योंकि हुण तुहानूं वारी वारी की दिखाई जाणा है ना भी आह, पर जिंदगी दे विच ना ये जगह ते एक बारी जरूर आके जायो। ये वाला आ गया यार हुण लास्ट पॉइंट, इत्थों तुहानूं वापस लैके जाणगे। वो किश्ती अपनी उत्थे खड़ी आ, जां फिर वो लैण चलिया होना किसे होर नूं, होर भी आए होणगे ते आह थां दे उत्ते लिआंदा। इत्थों आह तुहानूं झरना दिखाउणगे, ओए पानी दा फ्लो बहुत आ बई, ਮੀਹਾਂ ਦੇ ਵਿੱਚ ਤਾਂ ਇੱਥੇ ਗੱਲਬਾਤ ਹੋ ਜੂਗੀ, ਪਰ ਇਹ ਬਾਈ ਕਹਿੰਦੇ ਇੰਨਾ ਕੁ ਪਾਣੀ ਹੀ ਆਉਂਦਾ ਇੱਥੇ, ਜ਼ਿਆਦਾ ਤਾਂ ਕਹਿੰਦੇ ਕਦੇ ਆਇਆ ਨਹੀਂ ਇੱਥੇ, ਬਸ ਝਰਨੇ ਝਰਨੇ ਚੱਲਦੇ ਨੇ। ਆਏ ਹਾਏ 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 ਸ਼ੇਰੂ ਖਾਨ ਵਾਲਾ ਪੋਲੇ ਮਾਰ ਖਾਣਾ, ਸ਼ੇਰੂ ਖਾਨ ਵਾਲਾ ਐਂ ਵਾਲਾ ਗੱਲਬਾਤ ਆ ਬਾਈ, ਪੂਰਾ ਘੈਂਟ ਮਾਹੌਲ ਆ, ਘੈਂਟ ਨਜ਼ਾਰਾ ਯਾਰ, ਜ਼ਰੂਰ ਦੇਖਣ ਆਇਓ। ਆਹ ਬਾਈ ਹੋਰਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿਖਾਈ ਆ ਅਤੇ ਆਲੇ ਦੁਆਲੇ। ਬਾਕੀ ਹੁਣ ਅਸੀਂ ਆਪਦੇ ਫੋਟੋਆਂ ਫੂਟੋਆਂ ਖਿੱਚਦੇ ਹਾਂ ਅਤੇ ਅਸੀਂ ਆਪਦਾ ਇੰਜੋਏ ਕਰਦੇ ਹਾਂ। ਅਤੇ ਆਹ ਬਾਈ ਵੀ ਇੱਥੇ ਆਏ ਨੇ ਆਪਣੇ ਘੁੰਮਣ ਵਾਸਤੇ। ਵੇਅਰ ਆਰ ਯੂ ਫਰੋਮ? ਮਣੀਪੁਰ। ਓਕੇ ਠੀਕ ਹੈ। ਉਹ ਬਾਈ ਵੀ ਦੋ ਜਾਣੇ, ਉਹ ਸੀ ਦੋ ਜਾਣੇ ਸੀ, ਪਾਣੀ ਮੇ ਗਿਰ ਗਿਆ ਉਹ ਬੰਦਾ, ਫੈਲ ਡਾਊਨ ਇਨ ਵਾਟਰ। ਹਾਂ ਇੱਕ ਬੰਦਾ ਇਹਨਾਂ ਚੋਂ ਪਾਣੀ 'ਚ ਡਿੱਗ ਪਿਆ ਸੀ। ਆਹ ਬਾਈ ਪਾਣੀ 'ਚ ਡਿੱਗ ਪਿਆ ਸੀ ਯਾਰ। ਠੀਕ ਹੈ, ਫੋਨ ਖਰਾਬ ਹੋ ਗਿਆ, ਡੈਮੇਜ ਤਾਂ ਇਸਕੋ ਆਫ ਕਰ ਦੋ, ਸਵਿਚ ਆਫ ਕਰ ਦੋ। ਇੱਥੇ ਬਾਈ ਨੂੰ ਆਪਾਂ ਸਟਿਕਰ ਦੇਤਾ, ਬਾਈ ਹੋਰੇ ਇਹਨਾਂ ਦਾ ਬਿਜ਼ਨਸ ਹੈ ਜਿਹੜਾ, ਸਾਰਾ ਕੰਮ ਇੱਥੇ ਕਰਦੇ ਨੇ, ਤੇ ਇਹਨਾਂ ਨੂੰ ਕਿਹਾ ਵੀ ਸਾਨੂੰ ਮੈਸੇਜ ਕਰ ਦੇ, ਜਰੂਰ ਤੁਹਾਡੀ ਆਪਾਂ ਪ੍ਰਮੋਸ਼ਨ ਕਰਾਂਗੇ। ਓਕੇ ਬ੍ਰੋ, ਥੈਂਕ ਯੂ, ਫੋਲੋ ਮੀ ਬੈਕ। ਹਾਂ ਚੱਕ ਦੇ ਫੱਟੇ, ਇੱਥੇ ਜਾਣਾ, ਇੱਥੇ ਜਾਣਾ ਬਾਈ ਨੂੰ ਚੱਕ ਦੇ ਫੱਟੇ ਵਾਲੇ ਨੇ ਇਹ ਸਾਰੇ। ਯੇ ਵਾਰੀ ਚੋਰਾ ਯੇ ਇਮਾਨਗਰੇ ਮੇ ਹੈ, ਯੇ ਇਮਾਨਗਰੇ ਗਾਰੋ ਹਿਲਸ ਮੇ, ਇੱਕ ਸਾਊਥ ਗਾਰੋ ਹਿਲਸ ਮੇ ਹੋਤਾ ਹੈ। और आप लोग यहाँ पे आने के लिए शिजू होके आना पड़ता है, रास्ता थोड़ा खराब है लेकिन आ सकता है। और ये जगह का नाम वारी छोरा इसीलिए रखा है कि पहले जो हम लोग ऐसा जो फेडर करते हैं ना उसको छुआ बोलता है,
तो ये वारी मीन्स द डीप वाटर सो लाइक दी स्टार्टेड द दैट वुड अपना जो खुद बनाने वाला जो वुड का बोट होता है ना वो बना के वहां से वो लोग ये इसको बेचने के लिए यही पानी से पहले तो इतना बड़ा था ये पानी से लेके गया था बेचने के लिए इसलिए यहाँ से हम लोग बहुत वारी छोना मतना इन्होंने वारी छोरा मतना इन्होंने ऐसा बोल के ही इसका नाम ही वारी छोरा रख लिया। हाँ भाई हूँ आप केव दान काम नबेड़ के आए हैं जो आप इसे शुरू किया ना उत्थे डिग्या होया सी बहुत बड़ा डाणा तो यार भाई होर ने डाणा परे करता क्योंकि इन्होंने जो टूरिस्ट प्लेस बन जा रही है तो इन्हों साफ सफाई का सारा ध्यान रखना पैना वो भाई होरे सारे डाने परे कर रहे ने तो आह भाई इतने आए हुए ने यह दूजे ने मड़ंगे चाइनीज को जैपनीज टाइप ने क्योंकि इन्हों बोली भी उमें दी ट्रैक चढ़ के आए वापस तो इतने इन्होंने को एक लोकल लोकल जूस पिया तो इधर समोसे भी रखे हुए ने द फ्रूट नेम इज अंकल अंकल तो लोकल जूस इन्हों की इतने दुकान लाई हुई है दो तीन दुकान उधर भी लगिया हुई ने पिंड दे विच लगिया हुई ने तो आ पहाड़ चढ़ के आप आए हैं बाई ने दसिया कि इतों के लोग जोड़े है घट पढ़े हुए ने क्योंकि इतने नेड़े तेड़े कोई स्कूल नहीं है प्रायमरी स्कूल है माड़ा मोटा दस देंगे ने पर जे आप कही इंग्लिश हिंदी पंजाबी अपने कोई भी भाषा चंगी तरीके बोल लैन तो उन्होंने बागमारा जाना पैदा बागमारा कितनी दूर बताया आपने 60 किलोमीटर 60 किलोमीटर है यार स्कूल इन्हों पढ़न जाना पैदा ता करके ना फिर इतों के लोग घट पढ़े लिखे ने ठीक है एक आना टोकरी ये चाली ये उन्होंने उत्ते पार्किंग बनी हुई है ना वधिया वधिया तगड़े तगड़े मोटरसाइकलों से लोग आए ने इधर पल्स खड़ा इधर आ इंटरसैक्टर 600 cc आ स्कूटरी हैगी 155 cc जामे वाले की उधर खड़े ने बुलट बल्ट इधर साढ़े खड़े ने दो मोटरसाइकिल 100 cc सानू हुण ऐ लगता रहिंदा रहिंदा भी इन्हां दा महल देख के असीं आपदी कुल्ली ना ढालीए ये ऐ नहीं ढाउंदे अच्छा हाँ सपोर्ट करिया करो भाई जे साडी तुसीं कुल्ली ढाहौणी आ फिर तां सानू कहो यार भी तुसीं किधर फिरदे हो स्पलेंडरां दे वड्डे वड्डे पंप दो ऐ नहीं असीं ढाउंदे पर एडे एडे मोटरसाइकिलों के स्पलेंडर जिहड़ा भी मिलदा सानू सल्यूट मार के जाना कहना भाई तगड़े मोटरसाइकिल तुम चक्की फिर दो इन्नी दूर भाई साढ़िया इधर फोटो खिंची जाता हाँ बना लो वीडियो बना लो हूँ देख के आ गए हाँ वारी छोरा तो इतों हूँ कुछ खावे पीवे आ रसोई बनाई हुई है सोहनी है माहौल वधिया साफ सफाई है इधर भी तो आ भाई बैठे होर इधर खा रहे ने यह सोनू सारा चूल्हा चौंका दिखा दिए ये हूँ साड़ी तो सलाह से रोटी खावे पर रोटी बनाने ने टाइम ला देना क्योंकि जी थे आप रुके हुए ना इतने नैटवर्क नहीं है सानू ए भी छेती छेती नैटवर्क चाढ़ीए नैटवर्क जाइए छेती छेती तो वीडियो वूडियो चाढ़ीए तो होर काम कार करिए क्योंकि बिना नैटवर्क तो गल बनती नहीं हूँ साड़ी सलाह बन गई इतने रहन की पहला यह मोटरसाइकिल खड़े ने मोटरसाइकिलों के समान बनता तो आ जे घर आप हम इन्हों चाह कही हुई है चाह पी के हिसाब किताब करके लैन देन पैसों का तो सूँ हम मोटा मोटा दस देंगे भी साढ़ा किन्ना पैसा लग्या एक बार पहले इन्हों नबेड़ ली असं सारा सूँ हिसाब किताब दस देंगे हमने हमने यार सूँ दस दिए असी वो कुड़ी है जी इन्हों सब तो मतलब मिडल वाली कुड़ी आ जो सारा देख रेख करती है यह तो उन्होंने असी पैसे दते ने जिन्ना साडा बनया से यार उन्ना इन्होंने लिया कोई साढ़े ना घपला नहीं किया कुछ नहीं 2100 रुपए के गल की 3035 की गल कर रहे हौली हौली 6000 तो टुट के आए थे इतने बोट का 2000 गाइड का 1500 ऐ कर करा के असी 1000 रुपए का गाइड 1000 रुपए की बोट बस इन्नी गल हुई है मोटरसाइकिल असी आपते लै गए 2100 रुपया वो बनया रोटी खाधी है मैगियां मूगियां खातियां ने दो तीन दिन चाह चूह पीते रहे हैं जेडे असी रहे हैं कुल मिला के 350 बनया 2460 रुपये बने ने 60 रुपये ये फिर कहें कहते चलो रहन दो फिर असं चलो देख आए 60 रुपये इन्होंने बनते क्योंकि पहले इन्होंने बहुत सानू कंसैशन करता से बहुत वधिया होस्पिटैलिटी इन्हों की वधिया साडा इज्जत माण किया खाना पीना जो कहा या रूम इंटोमेंट बना के दिता इन्होंने वधिया सी ते यही अज्ज दा प्लान अपना ते नवीं वीडियो दा कल नूं फिर मिलदे चलो सत श्री अकाल जी सारयां नूं।